ਪਹਿਲਾਂ ਵੇਖ ਲੈਂਦੇ ਤੇਰਾ ਕਿਤੇ ਨੀ ਜਾਂਦਾ ਕੈਸ਼ ਸਾਰੇ ਸਾਹਮਣੇ ਆ, ਕਿਤੇ ਨੀ ਜਾਂਦਾ। ਕਿੱਥੋਂ ਆਇਆ ਕੈਸ਼ ਇੰਨਾ? ਕਿੱਥੋਂ ਆਇਆ ਕੈਸ਼ ਇੰਨਾ? ਪੰਜਾਬ ਪੁਲਿਸ ਦੇ ਵੱਲੋਂ ਚਲਾਏ ਗਏ ਆਪਰੇਸ਼ਨ ਕਾਸੋ ਦੇ ਤਹਿਤ ਚੈਕਿੰਗ ਜਾਰੀ ਹੈ ਤਾਂ ਇਸੇ ਦੌਰਾਨ ਪੁਲਿਸ ਜਦੋਂ ਇੱਕ ਘਰ ਦੇ ਵਿੱਚ ਪਹੁੰਚਦੀ ਹੈ ਤਾਂ ਪੁਲਿਸ ਨੂੰ ਵੱਡੀ ਮਾਤਰਾ ਦੇ ਵਿੱਚ ਨਕਦੀ ਮਿਲਦੀ ਹੈ। ਦੱਸਦੀ ਹੈ ਕਿ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਜਦੋਂ ਪੁਲਿਸ ਚੈਕਿੰਗ ਕਰ ਰਹੀ ਸੀ ਕਾਸੋ ਆਪਰੇਸ਼ਨ ਦੇ ਤਹਿਤ ਸ਼ੱਕੀ ਘਰਾਂ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਉਸ ਦੌਰਾਨ ਇਹ ਨਕਦੀ ਬਰਾਮਦ ਹੋਈ ਹੈ। ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਹੁਣ ਇਸ ਦਾ ਸੋਰਸ ਪੁੱਛਿਆ ਜਾ ਰਿਹਾ ਹੈ ਕਿ ਇਨਕਮ ਆਫ ਸੋਰਸ ਕੀ ਹੈ, ਤੁਹਾਡੇ ਕੋਲ ਇੰਨੇ ਪੈਸੇ ਕਿੱਥੋਂ ਆਏ ਨੇ, ਘਰ ਦੇ ਵਿੱਚੋਂ ਇੱਕ ਬੈਗ ਦੇ ਵਿੱਚੋਂ ਇਹ ਪੈਸੇ ਬਰਾਮਦ ਹੋਏ ਨੇ। ਦੱਸਿਆ ਜਾ ਰਿਹਾ ਹੈ ਕਿ ਇੱਕ ਬਜ਼ੁਰਗ ਔਰਤ ਹੈ ਜਿਸ ਦੇ ਬੇਟੇ ਤੇ NDPS ਐਕਟ ਦਾ ਪਹਿਲਾਂ ਹੀ ਮਾਮਲਾ ਦਰਜ ਹੈ ਤੇ ਇਸ ਘਰ ਦੇ ਵਿੱਚੋਂ ਕੁਝ ਸਰਿੰਜਾਂ ਅਤੇ ਇਹ ਰੁਪਏ ਮਿਲੇ ਨੇ। ਪੁਲਿਸ ਜਾਂਚ ਕਰ ਰਹੀ ਹੈ ਤਾਂ ਪੁਲਿਸ ਦੇ ਹੱਥ ਜਦੋਂ ਇਹ ਬੈਗ ਲੱਗਦਾ ਹੈ ਤਾਂ ਉਸ ਦੇ ਵਿੱਚ ਨਕਦੀ ਹੁੰਦੀ ਹੈ। ਜਿਸ ਤੋਂ ਬਾਅਦ ਪੁੱਛਿਆ ਜਾਂਦਾ ਹੈ ਕਿ ਤੁਹਾਡੇ ਕੋਲ ਨਕਦੀ ਕਿੱਥੋਂ ਆਈ ਹੈ ਤਾਂ ਪੁਲਿਸ ਦੇ ਮੁਤਾਬਕ ਕੋਈ ਤਸੱਲੀ ਬਖਸ਼ ਜਵਾਬ ਨਹੀਂ ਮਿਲ ਸਕਿਆ। ਪੁਲਿਸ ਦੇ ਵੱਲੋਂ ਬੈਂਕ ਦੀਆਂ ਕਾਪੀਆਂ ਨੂੰ ਵੀ ਚੈੱਕ ਕੀਤਾ ਜਾ ਰਿਹਾ ਹੈ, ਵੈਰੀਫਾਈ ਕੀਤਾ ਜਾ ਰਿਹਾ ਹੈ ਕਿ ਇੰਨੇ ਪੈਸੇ ਕਿੱਥੋਂ ਆਏ ਨੇ, ਇੰਨੀ ਨਕਦੀ ਕਿੱਥੋਂ ਆਈ ਹੈ। ਹਾਲਾਂਕਿ NDPS ਐਕਟ ਦਾ ਪਹਿਲਾਂ ਵੀ ਮਾਮਲਾ ਦਰਜ ਹੈ। ਲਗਾਤਾਰ ਪੰਜਾਬ ਦੇ ਵਿੱਚ ਕਾਸੋ ਆਪਰੇਸ਼ਨ ਦੇ ਤਹਿਤ ਚੈਕਿੰਗ ਕੀਤੀ ਜਾ ਰਹੀ ਹੈ, ਸ਼ੱਕੀ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਦੱਸਦੀ ਹੈ ਕਿ ਵੱਡੇ ਪੱਧਰ 'ਤੇ ਇਹ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਇਸੇ ਦੌਰਾਨ ਜਦੋਂ ਇੱਕ ਘਰ ਦੇ ਵਿੱਚ ਪੁਲਿਸ ਪਹੁੰਚਦੀ ਹੈ ਤਾਂ ਉੱਥੇ ਰੱਖੇ ਬੈਗ ਦੇ ਵਿੱਚ ਨਕਦੀ ਮਿਲ ਜਾਂਦੀ ਹੈ। ਤਾਂ ਦੱਸਦੀ ਹੈ ਕਿ ਇਹ ਨਕਦੀ ਮਿਲੀ ਹੈ, ਹਾਲਾਂਕਿ ਕਿ ਇਹ ਇਹਨਾਂ ਦੀ ਆਪਣੀ ਕਮਾਈ ਸੀ ਜਾਂ ਫਿਰ ਕੋਈ ਨਸ਼ੇ ਦੇ ਨਾਲ ਵੀ ਇਸ ਦਾ ਸੰਬੰਧ ਹੈ, ਇਹ ਜਾਂਚ ਦਾ ਵਿਸ਼ਾ ਹੈ। ਪੁਲਿਸ ਜਾਂਚ ਕਰ ਰਹੀ ਹੈ, ਪੁਲਿਸ ਇਹ ਲੱਭਣ 'ਚ ਲੱਗੀ ਹੋਈ ਹੈ ਕਿ ਪੈਸੇ ਕਿੱਥੋਂ ਆਏ ਨੇ, ਕੀ ਇਹਨਾਂ ਨੇ ਕੋਈ ਇਸ ਦੀ ਇਨਕਮ ਆਫ ਸੋਰਸ ਦਾ ਪਤਾ ਲੱਗਿਆ, ਕੀ ਕਮਾਈ ਕੀਤੀ ਹੈ ਕੋਈ, ਕੀ ਇਨਕਮ ਆਫ ਸੋਰਸ ਹੈ ਜਾਂ ਫਿਰ ਇਹ ਨਸ਼ੇ ਦੇ ਨਾਲ ਸੰਬੰਧਿਤ ਕੋਈ ਪੈਸੇ ਹੈਗੇ ਨੇ। ਹਾਲਾਂਕਿ ਪੁਲਿਸ ਜਾਂਚ ਕਰ ਰਹੀ ਹੈ ਤਾਂ ਦੱਸਦੀ ਹੈ ਕਿ ਬਟਾਲਾ ਪੁਲਿਸ ਦੇ ਵੱਲੋਂ ਜਦੋਂ ਚੈਕਿੰਗ ਕੀਤੀ ਜਾ ਰਹੀ ਸੀ SSP ਦੀ ਅਗਵਾਈ ਦੇ ਵਿੱਚ ਤਾਂ ਉਸ ਦੌਰਾਨ ਇੱਕ ਪਿੰਡ ਦੇ ਵਿੱਚ ਇਹ ਪੁਲਿਸ ਪਹੁੰਚਦੀ ਹੈ ਤਾਂ ਜਾਂਚ ਪੜਤਾਲ ਕੀਤੀ ਜਾ ਰਹੀ ਸੀ ਤਾਂ ਉਸ ਦੌਰਾਨ ਘਰ ਦੀ ਤਲਾਸ਼ੀ ਲਈ ਜਾ ਰਹੀ ਸੀ। ਦੱਸਦੀ ਹੈ ਕਿ ਕਾਸੋ ਆਪਰੇਸ਼ਨ ਦੇ ਤਹਿਤ ਪੁਲਿਸ ਘਰ ਦੀ ਇਕੱਲੀ ਇਕੱਲੀ ਚੀਜ਼ ਚੈੱਕ ਕਰ ਰਹੀ ਹੈ, ਬੈੱਡਾਂ ਤੱਕ ਨੂੰ ਫੋਲ ਰਹੀ ਹੈ ਤਾਂ ਇਸ ਦੌਰਾਨ ਇੱਕ ਬੈਗ ਹੱਥ ਲੱਗਦਾ ਹੈ ਅਤੇ ਬੈਗ ਦੇ ਵਿੱਚ ਨਕਦੀ ਹੁੰਦੀ ਹੈ। ਤਾਂ ਪੁਲਿਸ ਹੁਣ ਜਾਂਚ ਕਰ ਰਹੀ ਹੈ ਕਿ ਪੈਸੇ ਕਿੱਥੋਂ ਆਏ ਨੇ। ਹਾਲਾਂਕਿ ਪੁਲਿਸ ਦੇ ਮੁਤਾਬਕ ਪਹਿਲਾਂ ਵੀ NDPS ਐਕਟ ਦੇ ਮਾਮਲੇ ਦਰਜ ਨੇ, ਕੁਝ ਸਰਿੰਜਾਂ ਵੀ ਮਿਲੀਆਂ ਨੇ ਅਤੇ ਪੁਲਿਸ ਹੁਣ ਇਹ ਖੰਘਾਲਣ 'ਚ ਲੱਗੀ ਹੈ ਕਿ ਇਹ ਸਰਿੰਜਾਂ ਕਿੱਥੋਂ ਆਈਆਂ, ਇਹ ਪੈਸੇ ਕਿੱਥੋਂ ਆਏ, ਤਾਂ ਪੁਲਿਸ ਜਾਂਚ ਕਰ ਰਹੀ ਹੈ ਅਤੇ ਕਾਸੋ ਆਪਰੇਸ਼ਨ ਦੇ ਤਹਿਤ ਇਹ ਚੈਕਿੰਗ ਦੇ ਦੌਰਾਨ ਨਕਦੀ ਬਰਾਮਦ ਹੋਈ ਹੈ। ਇਹਦਾ ਆਲਰੇਡੀ 4 ਜੋ ਹੈਗਾ NDPS ਦੇ ਪਰਚੇ ਉਹਨਾਂ 'ਤੇ ਦਰਜ ਹੈਗੇ ਜੀ, ਉਹਦਾ ਅੱਜ ਦਾ ਵੀ ਜੋ ਰਿਕਵਰੀ ਹੋਈ ਹੈ ਉਹਦਾ ਵੀ ਅਸੀਂ ਵੈਰੀਫਾਈ ਕਰ ਰਹੇ ਹੈਗੇ। ਇਹਦੇ 'ਚ ਕਾਨੂੰਨੀ ਤਰੀਕੇ ਨਾਲ ਅਸੀਂ ਅੱਗੇ ਦੀ ਕਾਰਵਾਈ ਕਰਾਂਗੇ ਕਿ ਉਹਨੂੰ ਵੈਰੀਫਾਈ ਕਰਕੇ ਬਕਾਇਦਾ ਕਿ ਉਹਦਾ ਸੋਰਸ ਆਫ ਇਨਕਮ ਕਿਆ ਹੈ, ਜੋ ਪੈਸੇ ਆਏ ਹੋਏ ਹੈ ਔਰ ਜੋ ਉੱਥੇ ਜੋ ਨਸ਼ੀਲੀ ਪਦਾਰਥ ਮਿਲੀ ਆ ਉਹ ਕਿੱਥੋਂ ਕਿਹਨੇ ਲੈ ਕੇ ਆਏ ਆ, ਕਿੱਥੋਂ ਦੇ ਲੈ ਕੇ ਆਏ
ਔਰ ਉੱਥੇ ਕਿਉਂ ਪਏ ਸੀਗੇ ਉਹ ਸਾਰੇ ਵੈਰੀਫਾਈ ਕਰਨ ਤੋਂ ਬਾਅਦ ਅੱਗੇ ਦੀ ਕਾਰਵਾਈ ਸੀਗੀ। ਅਰੈਸਟ ਹੋਇਆ ਇੱਥੇ ਤਾਂ ਅਰੈਸਟ ਨਹੀਂ ਹੈ ਜੀ, ਲੇਕਿਨ ਸਾਡੇ ਦੂਜੇ ਥਾਣੇ ਦੇ ਲਿਮਿਟ ਦੇ ਵਿੱਚ ਜਿੱਥੇ ਸਰਚ ਹੋ ਰਹੀ ਹੈਗੀ ਉੱਥੋਂ ਦੇ ਅਰੈਸਟ ਹੋ ਚੁੱਕੇ ਨੇ ਆਲਰੇਡੀ। ਥੈਂਕ ਯੂ।